डरती उपरा गाडर थले आ गया, सारियां डाटा डरतियां। असी तो रात नेरे ताई लगे रहे हैं, बैड वेले करे आ, परे उरे आप भी हुणे उठे ने। कौन कौन थले आ गए जी? साढ़े घर गए मैं, दोनों जी हुई सी, असी दोनों जी अंदर। पहला मतलब ये कच्चा मकान पक्का करने लिए कोई एप्लीकेशन दी कदे? पराए सी, कहिंदे हजे मंजूर नहीं होए कागज। पहला पराए सीगे असी, हुण कहिंदे सी अखे भरा लो, कहिंदे चल करांगे पता। सर सर सस है गिरी आप पर, मम्मी डैडी से। कौन कौन में दूसरी उस टाइम से? उस टाइम सर मैं भी करे सी की गल हुई किस तरह गिरी जी? सर गिरने वाला ही सीगा वो। सारा मलबा उन्होंने ऊपर गिरिया जी किस तरह? हाँ जी सारा जी खिंच के कड्डे ने मिट्टी विचों। इन्होंने कड्डे जी सारे लगे लाने दिया ये जी? जो पता लग्या साढ़े महल के मुंडिया उन्होंने भज के जाके फटाफट गाडर चके मलबा चकिया थलो कड्डे ने तां सिविल हादसा च लियांदे ने। सट्टा बहुत ज्यादा लगिया ने, सारी छत गिर गई एक लख। मीह पै रहा कई दिन तो, मीह दे नाल कच्चे मकान गिर रहे। सरकार कह रही है कि कोई मदद दे। एक घटना 6:30 बजे की है, बारिश पै रही थी ज्यादा। ये अंदर बैठे थे बुजुर्ग ते माता, ये दो बच्चे नाल हो गए इक, ते अचानक ही वो गिर गया, मकान गिर गया। मकान गिरन दे नाल इन्हें सट्टा लगिया सिर दे विच, सट्टा लगिया माता दे बुजुर्गां दे पैर दे उत्ते ਉਹ ਲੱਗੀ, ਪੈਰ ਟੁੱਟ ਗਿਆ ਮੁੰਡਾ ਦਾ, ਹੱਡੀ ਟੁੱਟ ਗਈ ਉਹਦੀ। ਕਿ ਇਹ ਜਿਸ ਟਾਈਮ 'ਤੇ ਮੀਂਹ ਪੈ ਰਿਹਾ ਸੀ 6:30 ਵਜੇ ਦੀ ਗੱਲ ਹੈ ਜੀ, ਉਹ ਬੱਚਾ ਵੀ ਬਚ ਗਿਆ, ਜਿਹੜਾ ਨਾਲ ਬੱਚਾ ਸੀ ਨਾ ਉਹਦਾ ਵੀ ਬਚਾ ਹੋ ਗਿਆ ਬਹੁਤ। ਹਾਂਜੀ ਇਸ ਤੋਂ ਬਾਅਦ ਲੈਂਟਰ ਆਈ। ਜ਼ਖਮੀ ਦੋ ਜਣੇ ਹੋਏ ਆ ਜੀ। ਇਹ ਸਰ ਅਸੀਂ ਤਾਂ ਬਾਹਰ ਦਿਖੇ, ਸਾਡਾ ਰੌਲਾ ਪੈ ਗਿਆ, ਛੱਤ ਗਿਰ ਗਈ, ਵਿਚਾਰੇ ਬੈਠੇ ਸੀਗੇ ਜੀ। ਹਾਂਜੀ ਬੈਠਿਆਂ ਕਰਨ, ਜੇ ਪਏ ਹੁੰਦੇ ਫਿਰ ਤਾਂ ਸਰ ਜੀ ਬਚਾਅ ਹੋਣਾ ਨਹੀਂ ਸੀਗਾ। ਉਹ ਬੈਠਣ ਕਰਕੇ ਸਰ ਜੀ ਬਚਾਅ ਆ ਗਿਆ ਸੀ, ਅੰਦਰੋਂ ਥੱਲਿਓਂ ਕੱਢਣੇ ਜੀ, ਸਾਰੇ ਸੱਤੇ ਉੱਪਰ ਡਿੱਗ ਗਈ ਜੀ ਇਹਨਾਂ ਦੇ। ਇਹਨਾਂ ਦੇ ਦੋਏ ਮੀਆਂ ਬੀਬੀ ਦੀ ਜੀ। ਨਹੀਂ ਉਮਰ ਤਾਂ ਸਰ ਜੀ ਜ਼ਿਆਦਾ ਆ, ਫਿਰ ਆਹ ਦੋਏ ਲੱਤਾਂ ਫ੍ਰੈਕਚਰ ਹੋ ਗਈਆਂ ਜੀ। ਹਾਂਜੀ ਘਰਦਿਆਂ ਦੇ ਉਹਨਾਂ ਸਿਰ 'ਚ ਆਈ ਖਾਸੀ। ਅੱਛਾ ਹਾਂਜੀ ਉਹ ਥੱਲਿਓਂ ਕੱਢੇ ਨਹੀਂ ਗਏ ਅਸੀਂ। ਅੱਛਾ ਹਾਂਜੀ ਹਾਂਜੀ। ਕੀ ਕਾਰਨ ਕੀ ਲੱਗ ਰਿਹਾ ਸਰ ਜੀ? ਦੇਖੋ ਇੱਟ ਵਾਲਾ ਸੀਗਾ, ਇੱਟ ਵਾਲੇ ਕਰਕੇ ਹੀ ਇੱਟ ਵਾਲਾ ਸੀਗਾ, ਉਹਦੇ ਕਰਕੇ ਰਿਪੇਅਰ ਉਹਨਾਂ ਦੇ ਪੈਸੇ ਪੂਸੇ ਮਿਲੇ ਨਹੀਂ ਵਿਚਾਰਿਆਂ ਨੂੰ, ਉਹਦੇ ਕਰਕੇ ਸਰ ਜੀ ਕਿੰਨੇ ਸਾਰਿਆਂ ਨੇ ਪਹਿਲਾਂ ਫਾਰਮ ਭਰਾਏ ਨੂੰ ਵਿਚਾਰਿਆਂ ਨੇ, ਜਾਂਦੀ ਨੇ ਸੁਣਵਾਈ ਨਹੀਂ ਹੋਈ ਪਹਿਲਾਂ ਜੀ। ਪਰਿਵਾਰ 'ਚ ਕੌਣ ਕੌਣ ਹੋ ਰਹੇ ਬਜ਼ੁਰਗਾਂ? ਇਹਨਾਂ ਦੇ ਪਰਿਵਾਰ 'ਚ ਇੱਕ ਮੁੰਡਾ ਜੀ, ਇਹਨਾਂ ਦਾ ਇੱਕ ਲੜਕੀ ਆ, ਬਸ ਇੱਕ ਪੋਤਾ ਜੀ, ਨੌਂ ਆ ਜੀ। ਹਾਂਜੀ ਹਾਂਜੀ ਨੌਂ ਬੇਟ ਦੋ ਬੇਟੇ ਨੇ। ਹਾਂਜੀ ਹਾਂਜੀ ਆਪਣੇ ਹੋਸਪਿਟਲ ਦੀ ਸਿਵਲ ਹੋਸਪਿਟਲ। ਹਾਂਜੀ ਹਾਂਜੀ ਕਿੱਦਾਂ ਉਸ ਟਾਈਮ ਜਦ ਕੱਢੇ, ਕਿਸ ਤਰ੍ਹਾਂ ਦੀ ਹਾਲਤ ਸੀ? ਉਦੋਂ ਬਹੁਤ ਆਏ ਖਾਦੇ ਸਰ ਜੀ, ਜਮੀ ਉਹ ਬੇਹੋਸ਼ ਹੋਏ ਦਾ ਜੀ। ਹਾਂਜੀ ਇਹ ਸਾਡੇ ਨਾਲ ਗਵਾਂਢ ਦੇ ਵਿੱਚ ਰਹਿੰਦੇ ਸੀ ਜੀ, ਇਹਨਾਂ ਦੀ ਬਰਸਾਤ ਪੈਣ ਕਾਰਨ ਛੱਤ ਡਿੱਗ ਗਈ ਆ। ਕੌਣ ਕੌਣ ਸੀ ਇੱਥੇ ਜਿਹੜੇ ਛੱਤ ਦੇ ਨੀਚੇ ਬੈਠੇ ਸੀ? ਇਹ ਛੱਤ ਦੇ ਨੀਚੇ ਦੋਨੋਂ ਹੀ ਮੀਆਂ ਬੀਬੀ ਸੀਗੇ ਜੀ। ਕੀ ਕਾਰਨ ਕੀ ਲੱਗ ਰਿਹਾ ਵੀ ਜ਼ਿਆਦਾ ਹਾਲਤ ਖਰਾਬ ਸੀ ਛੱਤ ਦੀ? ਕੀ ਲੱਗ ਰਿਹਾ ਬਰਸਾਤ ਕਾਰਨ ਡਿੱਗ ਗਿਆ ਜੀ ਇਹਨਾਂ ਦਾ ਮਕਾਨ। ਕਿੰਨੇ ਕੁ ਵਜੇ ਦਾ ਹਾਦਸਾ ਇਹ? ਇਹ ਤਕਰੀਬਨ 5:30 ਵਜੇ ਦਾ। ਹਾਂਜੀ ਹਸਪਤਾਲ ਇਹਨਾਂ ਨੂੰ ਦਾਖਲ ਕਰਾਇਆ ਗਿਆ, ਪਰ ਇਹਨਾਂ ਦੀ ਕੰਡੀਸ਼ਨ ਆ ਜਿਹੜੀ ਉਹ ਬਹੁਤ ਜ਼ਿਆਦਾ ਕ੍ਰਿਟੀਕਲ ਸੀ ਜਦੋਂ ਇਹਨਾਂ ਨੂੰ ਕੱਢਿਆ ਗਿਆ ਹੈ। ਹਾਂਜੀ ਮੈਨੂੰ ਹੁਣੇ ਹੀ ਦੱਸਿਆ ਸੀ SHO ਸਾਹਿਬ ਨੇ ਕਾਲ ਕਰਕੇ, ਮੈਂ ਨਾਲ ਦੀ ਨਾਲ ਰਾਈਟ ਵੇ ਹਸਪੀਟਲ ਪਹੁੰਚ ਗਈ ਹਾਂ। ਪਿੰਡ ਦਾ ਮਾਹੌਲ SHO ਸਾਹਿਬ ਦੇਖ ਕੇ ਆਏ ਨੇ, ਕੱਚਾ ਮਕਾਨ ਸੀ ਇਹਨਾਂ ਦਾ ਜਿਹੜਾ ਢਹਿ ਗਿਆ, ਇਹਨਾਂ ਨੂੰ ਥੋੜ੍ਹਾ ਜਿਹਾ ਅੰਦਾਜ਼ਾ ਹੋ ਗਿਆ ਸੀ ਜੋ ਇਹਨਾਂ ਦੀ ਫੈਮਿਲੀ ਦੇ ਦੱਸਣ ਦੇ ਅਕੋਰਡਿੰਗ। ਘੰਟਾ ਕੁ ਪਹਿਲਾਂ ਇਹਨਾਂ ਨੇ ਤਿਆਰੀਆਂ ਜੀਆਂ ਸ਼ੁਰੂ ਕੀਤੀਆਂ ਹੋਈਆਂ ਸੀ ਕਿ ਇੱਥੋਂ ਸਮਾਨ ਬਾਹਰ ਕੱਢ ਲਈਏ ਜਾਂ ਕੁਛ ਉਹਨੂੰ ਇੰਤਜ਼ਾਮ ਕਰ ਰਹੇ ਸੀਗੇ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।